अल्लाह अकबर। मुजाहद भाई, मुजाहद कौन आ? बाहर आई यार। ओ बिस्मिल्लाह। अस्सलामु अलैकुम जी। वालेकुम अस्सलाम व रहमतुल्लाह व बरकातहू। किद्दां तबीयत ठीक है? अल्लाह दा करम, तुसी सुनाओ। सब खैरियत है जी। खैर आ यार, साइकिल बाहर कढ। हां ते फुफड़ तेरे अल जाना जरा। फुफड़ अल की लैन जाना यार। ਫੁੱਫੜ ਬਸ ਕੰਮ ਆ ਫੁੱਫੜਨਾ ਤੇ ਫੁੱਫੜ ਤੇ ਰਾਤ ਦਾ ਮੇਰੇ ਵੱਲ ਆਇਆ। ਇੱਧਰ ਆਇਆ? ਆਹ ਸੱਦ ਬਾਹਰ। ਫਿਰ ਖੈਰ ਤੇ ਹੈਗੀ? ਖੈਰ ਹੀ ਆ। ਮੈਂ ਕਿਹਾ ਫੁੱਫਾ ਜੀ, ਉਹ ਫੁੱਫੜਾ ਲੈ ਗਿਆ। ਆਓ ਫੁੱਫਾ ਜੀ ਜਰਾ ਬਾਹਰ, ਉਹ ਮੇਰਾ ਦੋਸਤ ਆਇਆ। ਕੌਣ ਆਇਆ? ਦੋਸਤ ਆ ਮੇਰਾ, ਕਹਿੰਦਾ ਮਿਲਣਾ। ਅੱਜ ਹੋਰ ਅੱਖ ਲੱਗਣ ਲੱਗੀ ਆ, ਤੂੰ ਜਗਾ। ਉਹ ਚਲੋ ਆ ਜਾਓ, ਉਹਨੂੰ ਗੱਲ ਸੁਣੋ। ਕਿਹੜਾ ਤੇਰਾ ਦੋਸਤ, ਕਿਹੜਾ ਆ ਗਿਆ? ਆ ਜਾਓ, ਕਿਤੇ ਫਿਰਿਆ ਫੁਰਿਆ ਵੀ ਕਰੋ। ਫਿਰਿਆ ਕਰੋ ਅੰਦਰ, ਜੋ ਤੁਸੀਂ ਵੜ ਜਾਂਦੇ ਆ ਮੁੜ ਕੇ ਬਿਸਤਰੇ ਚੋਂ ਨਿਕਲਣ ਦਾ ਨਾਂ ਹੀ ਨਹੀਂ ਲੈਂਦੇ। ਕਿਹੜਾ ਆਇਆ? ਆ ਗਿਆ। ਸਲਾਮ ਅਲੈਕੁਮ ਜੀ ਫੁੱਫੜ ਜੀ। ਵਾਲੇਕੁਮ ਸਲਾਮ। ਤਬੀਅਤ ਠੀਕ ਹੈ ਜੀ? ਹਾਂਜੀ ਸਹੀ ਹੈ। ਗੱਲ ਕਰਨੀ ਤੁਹਾਡੇ ਨਾਲ ਕੋਈ? ਕਰੋ, ਬਹਿ ਕੇ ਕਰ ਲੈਂਦੇ ਕਿਤੇ। ਇੱਦਾਂ ਖੜੋਤੇ ਖੜੋਤੇ ਥੱਕ ਜਾਓਗੇ ਤੁਸੀਂ। ਬਹਿਣ ਵਾਸਤੇ ਬਾਹਰ ਹੀ ਬਹਿਣਾ ਪੈਣਾ ਆ। ਤੂੰ ਬੈਠਕ ਹੀ ਬਣਵਾ ਲਾ, ਕੋਈ ਆਇਆ ਗਿਆ 100 ਹੁੰਦਾ ਹੈ, ਬੈਠਕ ਨਾ ਬਣਵਾਈ ਤੂੰ ਅੱਜ ਤੱਕ। ਯਾਰ ਮੇਰੀ ਕਿਹੜੀ ਕੋਈ ਕਿਸੇ ਦੇ ਨਾਲ ਇੱਥੇ ਕੋਈ, ਮੇਰਾ ਕੋਈ ਬੜਾ ਭਾਈਚਾਰਾ, ਆ ਜਾ ਗਿਆ ਤੈਨੂੰ ਮਿਲਣਾ ਹੁੰਦਾ ਵਾ ਕਿਤੇ ਬਾਹਰ ਬੂਹਰ ਮਿਲ ਲਈਦਾ। ਬਣਵਾ ਲਾ ਇੱਥੋਂ, ਆਹ ਹੁਣ ਖਿੜਕੀ ਲੱਗੀ ਹੈ, ਇੱਥੋਂ ਬੂਹਾ ਕਢਾ ਲਾ ਇੱਕ। ਉੱਥੋਂ ਕਬਾੜ ਚੋਂ ਇੱਕ ਬੂਹਾ ਲਿਆ, ਉਹ 2-3 ਹਜ਼ਾਰ ਦਾ ਬੂਹਾ ਹੋਣਾ, ਤੇ ਇੱਥੇ ਲਾ ਦੇ ਬੰਦਾ ਕਿਸੇ ਟਾਈਮ ਬਹਿ ਜਾਂਦਾ ਅੰਦਰ ਖੋਲ ਕੇ। ਇੱਥੇ ਬਹਿ ਜਾਓ। ਇੱਥੇ ਮੈਂ ਬੂਹਾ ਲਵਾ ਲਵਾਂ, ਹਾਂਜੀ ਉਹਨੂੰ ਮੈਂ ਅੰਦਰ ਵਾਜ ਮਾਰਾਂ, ਉੱਤੇ ਚੱਲ ਜੇ। ਆ ਪੌੜੀਆਂ ਨਾ ਹੁੰਦੀਆਂ, ਫਿਰ ਮੈਂ ਬੂਹਾ ਲਵਾ ਹੀ ਲੈਣਾ ਸੀ। ਗੱਲ ਕਿਹੜੀ, 1.5 ਮਹੀਨੇ ਦੀ ਆ। ਕਿੱਦਾਂ ਫੁੱਫੜ ਜੀ, ਸਿਹਤ ਤਬੀਅਤ ਠੀਕ ਹੈ ਜੀ? ਤਬੀਅਤ ਜਿਹੜੀ ਹੈ ਨਾ ਠੀਕ ਆ, ਚੰਗੀ ਆ। ਆ ਤੁਸੀਂ ਮੈਨੂੰ ਨਹੀਂ ਜਾਣਦੇ, ਮੁਜਾਹਦ ਦੋਸਤ ਆ ਮੇਰਾ। ਅੱਛਾ ਅੱਛਾ, ਹਾਂਜੀ। ਤੇ ਅਸੀਂ ਨਿੱਕੇ ਹੁੰਦਿਆਂ ਤੋਂ ਨਾ ਜੀ ਇਸੇ ਮਹੱਲੇ 'ਚ ਰਹਿੰਦਾ ਮੈਂ ਵੀ। ਆਹ ਆਪਣੀਆਂ ਅਗਲੀ ਫੁੱਫਾ ਗਲੀ ਦੇ ਵਿੱਚ, ਉਹ ਕਰਿਆਨੇ ਵਾਲਾ ਨਹੀਂ ਮਜੀਦ, ਉਹਦੇ ਨਾਲ ਦਾ ਘਰ ਆ। ਉਹ ਜਿੱਥੇ ਨਹਿਰ ਤੇ ਮੁਜਾਹਦ ਜੀ ਲਿਆ, ਤੁਹਾਡੇ ਰਿਸ਼ਤੇਦਾਰਾਂ ਦੀ ਨਹਿਰ ਤੇ ਫੌਤਗੀ ਹੋਈ ਸੀ। ਨਹਿਰ ਤੇ ਫੌਤਗੀ ਨਹੀਂ ਸੀ ਹੋਈ, ਉਹ ਨੀ ਫੁੱਫੋ ਰਜੀਆ ਦਾ ਮੁੰਡਾ ਜਿਹੜਾ। ਅੱਛਾ ਅੱਛਾ, ਜਦੋਂ ਬੱਚੀ ਫੌਤ ਹੋਈ ਆ ਉਦੋਂ ਮੰਡੀ ਢਾਬਾ। ਹਾਂਜੀ ਹਾਂਜੀ ਹਾਂਜੀ, ਮੰਡੀ ਢਾਬਾ ਦੀ ਗੱਲ ਕਰਦੇ। ਹਾਂਜੀ, ਉੱਥੇ ਮੈਂ ਮੁਜਾਹਦ ਨਾਲ ਗਿਆ ਸੀ ਨਾ, ਤੁਸੀਂ ਉੱਥੇ ਬੈਠੇ ਰੋਣ ਡਏ ਸੀਗੇ। ਹਾਂ ਹਾਂਜੀ ਹਾਂਜੀ ਹਾਂਜੀ, ਉਹ ਮਾਖਾ ਨੀ ਮਾਖਾ। ਹਾਂਜੀ ਮਾਖਾ, ਮੇਰਾ ਨਾ ਕੁੜਮ ਵੀ ਲੱਗਦਾ ਆ। ਅੱਛਾ ਜੀ, ਉੱਦਾਂ ਵੀ ਹੈ ਨਾ, ਉਹਨਾਂ ਮੇਰਾ ਚੰਗਾ ਬਹਿਣ ਉੱਠਣ ਕਰਾਉਣਾ। ਹਾਂਜੀ ਹਾਂਜੀ ਹਾਂਜੀ, ਉਹ ਮੁੰਡਾ ਚੰਗਾ ਹੀ ਜਵਾਨ ਮੁੰਡਾ ਸੀ। ਹਾਂਜੀ ਹਾਂਜੀ ਹਾਂਜੀ, ਬਸ ਬਾਕੀ ਤੁਹਾਡਾ ਰੋਣਾ ਐਸਾ ਕਮਾਲ ਰੋਣਾ। ਆਹਾ ਹਾ ਹਾ, ਚੁੱਪ ਕਰ ਜਾਓ ਚੁੱਪ ਕਰ ਜਾਓ ਚੁੱਪ ਕਰ ਜਾਓ ਚੁੱਪ ਕਰ ਜਾਓ ਯਾਰ। ਰਾਣਾ ਤੂੰ ਤੇ ਮੇਰਾ ਫੁੱਫੜ ਲਵਾਤਾ ਯਾਰ। ਚੁੱਪ ਕਰ ਜਾਓ ਫੁੱਫੜ ਜੀ, ਚੁੱਪ ਕਰ ਜਾਓ, ਨਾ ਰੋਵੋ ਨਾ ਰੋਵੋ। ਬੜੀ ਖਿਦਮਤ ਕਰ ਲਈ ਉਹਨੇ। ਹਾਏ 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 ਹਾਏ, ਨਹੀਂ ਤੁਸੀਂ ਵੀ ਮੁੱਲ, ਮਤਲਬ ਕਿ ਇੱਕ ਵਾਰੀ ਹੱਕ ਦਾ ਕੀਤਾ ਰੋਣ ਦਾ, ਇੰਜ ਤਾਂ ਕੋਈ ਰੋਂਦਾ ਹੀ ਨਹੀਂ ਹੁੰਦਾ। ਰੋਇਆ ਹੀ ਕਿਸੇ ਜਗ੍ਹਾ ਤੇ, ਰੋਇਆ ਹੀ ਨਹੀਂ ਅੱਜ ਤੱਕ। ਆਹ ਹਾ ਹਾ ਹਾ, ਉਹ ਮੁੰਡੇ ਨੇ ਜਦੋਂ ਮੈਂ ਜਾੜਾ ਉਹਨੇ ਟੇਕੇ ਲਈ ਬੈਠਾ। ਹਾਂਜੀ ਹਾਂਜੀ ਹਾਂਜੀ, ਅੱਗੇ ਪਿੱਛੇ ਅੱਗੇ ਪਿੱਛੇ। ਨਹੀਂ ਨਹੀਂ ਫੁੱਫੜ ਜੀ, ਮੈਂ ਤੁਹਾਨੂੰ ਦੇਖਿਆ, ਤੁਸੀਂ ਤਾਂ ਰੋਂਦੇ ਰੋਂਦੇ ਮਤਲਬ ਕਿ ਗੋਟ ਨਾਲ ਸੀਂਡ ਪੂੰਝਦੇ ਸੀ, ਤੇ ਲੱਗ ਪਤਾ ਜਾਂਦਾ ਸੀ ਕਿਸੇ ਜਵਾਨ ਨੇ ਸੀਂਡ ਪੂੰਝੇ ਆ। ਨਜ਼ਲਾ ਹੋ ਜਾਂਦਾ ਸੀ ਜਿਹੜਾ। ਹਾਂਜੀ ਹਾਂਜੀ, ਆਹ ਹੁਣ ਵੀ ਯਾਰ ਕੀਤਾ ਹੋਊਗਾ। ਹਾਂਜੀ ਹਾਂਜੀ ਹਾਂਜੀ, ਨਜ਼ਲਾ ਹੋ ਜਾਂਦਾ। ਜਿਲੇ ਤੁਸੀਂ ਚੱਲੇ ਆ, ਮੈਂ ਤੁਹਾਡਾ ਗੁੱਟ ਦੇਖਿਆ ਤੇ ਗੁੱਟ ਤੇ ਆਹ ਹਾ 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 ਮੌਜਾਂ ਲੱਗੀਆਂ ਪਈਆਂ ਸੀ। ਉਹ ਗੁੱਟ ਤੇ ਪੂਰੀ ਚੱਕੀ ਲੱਗਣੀ ਹੈ ਉਹ ਸਾਬਣ ਦੀ। ਤੁਹਾਨੂੰ ਬਾਖੇ ਦਾ ਤੋਲੇ, ਉਹਨੇ ਲੱਕ ਤੋੜਨਾ ਹੀ ਸੀ ਨਾ ਬਾਖੇ ਦਾ। ਹਾਂਜੀ ਹਾਂਜੀ, ਉਹ ਤੁਸੀਂ। ਹਾਂਜੀ 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 ਹਾਂਜੀ, ਸਾਨੂੰ ਵੀ ਦਾਸੀ ਦੇ ਗਿਆ ਬੁੱਢਾ। ਹਾਂਜੀ ਹਾਂਜੀ ਹਾਂਜੀ, ਤੁਸੀਂ ਤੇ ਮਤਲਬ ਕਿ ਗਸ਼ੀਆਂ ਤੁਹਾਨੂੰ ਬੜੀਆਂ ਪਈਆਂ ਜਦੋਂ ਯਾਰ ਹੁੰਦਾ ਸੀ ਨਾ ਜਿੱਦਾਂ ਨਾ ਐ ਕਰਕੇ ਨੀ। ਹਾਂਜੀ ਹਾਂਜੀ, ਅੰਦਰ ਫੜਿਆ ਜਾਂਦਾ। ਉਸ ਵਿਆਹ 'ਚ ਰੌਣਕ ਹੀ ਤੁਸੀਂ ਲਾਈ ਪੂਰੀ। ਜਿੱਦਾਂ ਤੁਸੀਂ ਰੋਏ ਆ ਲਿਟ ਲਿਟ ਕੇ, ਉਹ ਤਾਂ ਬੰਦੇ ਨੇ ਤੁਹਾਨੂੰ ਫੜ ਲਿਆ। ਜਿੱਦਾਂ ਤੁਸੀਂ ਇੱਟ ਫੜੀ ਸੀ ਸਿਰ 'ਚ ਮਾਰਨ ਵਾਸਤੇ ਆਪਣੇ, ਪਤਾ ਉਦੋਂ ਵਸ ਨਹੀਂ ਚੱਲਦਾ ਸੀ। ਹਾਂਜੀ ਹਾਂਜੀ, ਮਾਰ ਲੈਣੀ ਸੀ ਤੁਸੀਂ ਨਾ ਫੜਦੇ ਨਾ, ਨਾ ਫੜਦੇ ਤਾਂ ਮਾਰ ਲੈਣੀ ਸੀ, ਮਾਰ ਲੈਣੀ। ਹਾਂ ਨਹੀਂ ਨਹੀਂ, ਬਹੁਤ ਸੋਹਣਾ ਰੋਏ ਆ ਤੁਸੀਂ। ਉਦੋਂ ਫਰਿਆਦ ਨੂੰ ਪਤਾ ਲੱਗ ਗਿਆ ਵੀ ਫੁੱਫੜ ਇੱਟ ਮਾਰਨ ਲੱਗਾ। ਹਾਂਜੀ ਹਾਂਜੀ। ਅੱਛਾ ਤੁਸੀਂ ਵੀ ਨਾ ਆਰਾਮ ਆਰਾਮ ਨਾਲ ਇੱਟ ਮਾਰਨ ਲੱਗੇ ਸੀਗੇ, ਕੋਈ ਆ ਕੇ ਫਾੜ ਹੀ ਲਵੇ। ਹੈਂ ਜੀ,
ਮਤਲਬ ਜਿੱਦਾਂ ਤੁਸੀਂ ਇੱਟ ਫੜੀ ਸੀ ਤਾਂ ਪਾ ਲੈਣੀ ਸੀ ਸਿਰ 'ਚ? ਨਹੀਂ ਫਿਰ ਦਿਲ 'ਚ ਆਇਆ ਨਾ, ਹਾਂਜੀ ਦਿਲ 'ਚ ਆਇਆ ਕਿ ਬੁੱਢੇ ਘਬਰਾ ਜਾਣਗੇ। ਹਾਂਜੀ ਹਾਂਜੀ ਹਾਂਜੀ, ਬੈ ਇੱਟ ਮਾਰਾਂਗਾ ਖੂਨ ਨਿਕਲੇਗਾ, ਲਹੂ ਨਿਕਲੇਗਾ, ਹਾਂਜੀ ਹਾਂਜੀ, ਬੁੱਢੇ ਫਿਰ ਪਰੇਸ਼ਾਨ ਹੋ ਜਾਣੇ, ਹਾਂਜੀ ਹਾਂਜੀ, ਕਿਉਂਕਿ ਫੌਤਗੀ ਤਾਂ ਭੁੱਲ ਜਾਣੀ ਉਹਨਾਂ ਨੂੰ, ਹਾਂਜੀ ਹਾਂਜੀ, ਉਹਨਾਂ ਨੂੰ ਤਾਂ ਫਿਰ ਮੇਰਾ ਹੀ ਪੈ ਜਾਣਾ। ਹਾਂਜੀ ਹਾਂਜੀ ਹਾਂਜੀ, ਬਸ ਮਤਲਬ ਤੁਸੀਂ ਐਸੇ ਮਹਿਬ ਸੀਗੇ ਨਾ, ਤੁਸੀਂ ਬੁੱਢੀ ਦੇਖਦੇ ਸੀ ਨਾ, ਬੰਦਾ ਗਲੇ ਲੱਗੀ ਜਾਂਦੇ ਸੀ ਹਰ ਹਰ ਦੇ ਹਰ ਇੱਕ, ਬਸ ਪਤਾ ਨਹੀਂ ਲੱਗਦਾ ਸੀ ਨਾ। ਹਾਂਜੀ ਹਾਂਜੀ, ਪਤਾ ਹੀ ਨਹੀਂ ਸੀ, ਇਹ ਵੀ ਪਤਾ ਨਹੀਂ ਸੀ ਲੱਗਣ ਡਿਆ ਬੁੱਢੀ ਇੱਕ ਬੰਦਾ, ਪਤਾ ਹੀ ਨਹੀਂ ਸੀ ਲੱਗਦਾ। ਹਾਂ ਹਾਂ ਹਾਂ, ਪਤਾ ਹੀ ਨਹੀਂ ਸੀ ਲੱਗਦਾ, ਇਹ ਚ ਲੱਗਦਾ ਸੀ ਵੀ ਸਾਰੇ ਇਹਦਾ ਆਪਣੇ ਹੀ ਆ, ਗੈਰ ਨਹੀਂ ਬਈ। ਐਸਾ ਰੋਣਾ ਫੁੱਫੜ ਦਾ ਵੀ ਮੈਂ ਜ਼ਿੰਦਗੀ 'ਚ ਇੰਜਦਾ ਰੋਣਾ ਨਹੀਂ ਵੇਖਿਆ, ਖਲਾਰਾ ਹੀ ਇੰਜਦਾ ਪਾਇਆ। ਮਤਲਬ ਕਿ ਸਾਡੇ ਪਿੰਡਾਂ 'ਚ ਇੰਜ ਹੁੰਦਾ ਨਾ ਕਿ ਰਾਤ ਨੂੰ ਕਿਸੇ ਕਣਕ ਮਤਲਬ ਕਣਕ ਦੇ ਵਿੱਚ ਜਾਂ ਆਲੂਆਂ ਆਲੂਆਂ ਦੇ ਗੇੜਾ ਲੱਗ ਜਾਵੇ ਕਿਤੇ ਸੂਰਾਂ ਸ਼ੂਰਾਂ ਦਾ, ਤੇ ਬੰਦਾ ਸਵੇਰੇ ਆਇਆ ਕਹਿੰਦਾ ਕਿ ਇੱਥੇ ਸੂਰ ਫਿਰ ਕੇ ਗਏ ਆ, ਲੱਗਦਾ ਕੋਈ 30-40, ਮਤਲਬ ਕੋਈ ਉਹਨਾਂ ਕੁ ਕਮਾਦ ਹੀ ਨਹੀਂ ਹੁੰਦਾ, ਕਮਾਦ 'ਚ ਹੀ ਪਤਾ ਲੱਗਦਾ ਕਿ 3-4 ਕਨਾਲਾਂ ਕਮਾਦ ਦੀਆਂ ਜਿਹੜੀਆਂ ਹੈ ਨੀ ਗੀਆਂ, ਸੂਰ ਫਿਰ ਗਏ, ਸੂਰ ਫਿਰ ਗਏ। ਉੱਥੇ ਸਮਝ ਲਓ ਕਿ ਇੰਝ ਹੀ ਸੀਗਾ ਜਿਵੇਂ ਸੂਰ ਹੀ ਫਿਰ ਗਿਆ। ਆਹ ਵਿਸਾਲ ਤੇਰੀ ਬਣਦੀ ਆ ਜਿਹੜੀ ਮੇਰੇ ਰੋੜੇ ਦੇ ਨਾਲ ਵਿਸਾਲ, ਇਹ ਬਣਦੀ ਆ। ਨਹੀਂ ਨਹੀਂ ਮੈਂ ਕਹਿ ਰਿਹਾ ਨਹੀਂ, ਮੇਰੇ ਰੋੜੇ ਦਾ ਤੇਰੀ ਆ ਵਿਸਾਲ ਬਣਦੀ ਆ ਵੀ ਸੂਰ ਰੁਲਦੇ ਤੇ ਉਹ ਰੁਲਦੇ ਤੇ ਆਹ ਰੁਲਦੇ ਤੇਰੇ ਮੇਰੇ ਰੋੜੇ ਨਾਲ, ਇਹ ਰਲਦੀ ਆ ਗੱਲ, ਇਹ ਰਲਦੀ ਆ ਗੱਲ, ਮੇਰੇ ਸੋਨੇ ਨਾਲ ਰਲਦੀ ਆ ਗੱਲ। ਇੰਜ ਦਾ ਮੈਂ ਰੋਣਾ ਨਹੀਂ ਵੇਖਿਆ ਮੁਜਾਹਦ, ਮੇਰੀ ਗੱਲ ਸੁਣ, ਬੜੇ ਬੜੇ ਰੋਣੇ ਵੇਖੇ ਮੈਂ, ਪਰ ਜਿੱਡੀ ਵੱਡੀ ਨਹਿਸ਼ੀ ਫੁੱਫੜ ਪਾਉਂਦਾ ਹੈ ਨਾ, ਆਏ ਹਾਏ ਹਾਏ ਯਾਰ, ਉਹਦੇ ਨਾਲ ਲਗਾਓ ਪਰ ਅਸੀਂ ਫੁੱਫੜ ਦਾ ਨਹੀਂ ਭਾਈ, ਦਿਲੋਂ ਰੋਇਆ ਸੀ। ਹਾਂ ਦਿਲੋਂ ਰੋਇਆ ਸੀ। ਹਾਂ 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 ਦਿਲੋਂ ਰੋਇਆ ਸੀ। ਨਹੀਂ ਮਜ਼ਾ ਆਇਆ, ਮਜ਼ਾ ਆਇਆ, ਅਸੀਂ ਉੱਥੇ ਇੰਜੋਏ ਕੀਤਾ ਹੈ ਕਿ ਇੰਜ ਰੋਣਾ ਚਾਹੀਦਾ ਹੱਕ, ਮਤਲਬ ਕਿ ਪਤਾ ਤਾਂ ਲੱਗੇ ਕਿਤੇ ਫੌਤਗੀ ਹੋਈ ਹੈ। ਇਹ ਕੀ ਮੇਰੇ ਰੋੜੇ ਤੇ, ਮੇਰੇ ਰੋੜੇ ਤੇ ਤੂੰ ਐ ਕਰਦਾ ਸੀ ਵੀ ਮਜ਼ਾ ਤੇ ਲਵਾ ਰਿਹਾ ਸੀ, ਹੈ ਤੇਰੇ ਬੂਹਲ ਵੇਖੀ ਜਾਂਦਾ, ਤੂੰ ਅਜੀਬ ਜੀ ਗੱਲ ਕਰੀ ਜਾਂਦਾ, ਮੈਂ ਫਿਰ ਰੋੜੇ ਰੋੜੇ ਤੇ ਮਜ਼ਾ ਆਉਣ ਡਿਆ ਸੀ। ਤੂੰ ਵੀ ਯਾਰ ਧਿਆਨ ਕਰ ਯਾਰ। ਨਹੀਂ ਧਿਆਨ ਵਾਲੀ ਕਿਹੜੀ ਗੱਲ, ਧਿਆਨ ਕਰ, ਫੁੱਫੜਾ ਫਿਰ ਕੀ ਮਤਲਬ, ਧਿਆਨ ਕੀ ਦੇਖੋ, ਇੱਕ ਬੰਦੇ ਨੇ ਚੰਗਾ ਕੰਮ ਕੀਤਾ ਹੈ ਤਾਂ ਉਹਦੀ ਤਾਰੀਫ ਤਾਂ ਕਰਨੀ ਚਾਹੀਦੀ ਹੈ ਨਾ। ਕਿਹੜਾ ਚੰਗਾ ਕੰਮ ਕੀਤਾ ਹੈ, ਕਿਹੜਾ ਕੋਈ ਰੋਂਦੇ ਰੋਂਦੇ ਨਾਲ ਕੋਈ ਭੱਲਿਆਂ ਦੀ ਪਲੇਟ ਦੇਣ ਡਿਆ ਯਾਰ ਬੰਦੇ ਨੂੰ ਕਿ ਬੜਾ ਚੰਗਾ ਕੰਮ ਕੀਤਾ। ਤੈਨੂੰ ਪਤਾ ਇਹਨਾਂ ਨੇ ਰਵਾ ਰਵਾ ਕੇ ਪਿੰਡ ਦੀ ਮੱਤ ਮਾਰ ਛੱਡੀ। ਨਹੀਂ ਨਹੀਂ ਇੰਜ ਦਾ ਹੀ ਹੈ, ਅੱਜ ਵੀ ਯਾਦ ਕਰਦਾ, ਉਹਨਾਂ ਨੂੰ ਦੱਸਦਾ ਆ ਵੀ ਰੋੜੇ ਤੇ ਬੜੇ ਸੀ, ਲੇਕਿਨ ਤੁਹਾਡਾ ਫੁੱਫਾ ਜਿਹੜਾ, ਜਿਹੜਾ ਫੁੱਫੜਾ ਤੁਹਾਡਾ, ਇਹ ਬੜਾ ਪਿਆਰ ਕਰਦਾ। ਨਹੀਂ ਫੁੱਫੜਾ, ਇਹ ਰੋਣਾ ਤੂੰ ਹੀ ਰੋ ਸਕਦਾ, ਓਏ ਹੋਏ ਹੋਏ, ਜੇ ਲਾਉਣ ਸੋਵੇ ਨਾ। ਹਾਂ ਹਾਂ, ਜਿਸ ਨਾਲ ਬੰਦੇ ਨੂੰ, ਵਾਹ 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 ਵਾਹ, ਆਪਣੇ ਹੋਈ ਹੈ ਮੁਜਾਹਦ ਗੁਆਂਢੀਆਂ ਨਾਲ ਫੌਤਗੀ। ਅੱਛਾ ਜੀ, ਤੇ ਉਹ ਆਏ ਆ ਕਰਾਚੀਓਂ ਇੱਥੇ, ਇੱਥੇ ਰਹਿੰਦੇ ਆ, ਠੀਕ ਆ, ਤੇ ਉਹਨਾਂ ਦਾ ਕੋਈ ਰਿਸ਼ਤੇਦਾਰ ਇੱਥੇ ਹੈ ਨੀਗਾ। ਹਾਂ, ਤੇ ਸਵੇਰੇ 6 ਵਜੇ ਬਾਬਾ ਮਰਿਆ, ਖਾਰਸ਼ ਸੀ ਬਾਬੇ ਨੂੰ, ਖਾਰਸ਼, ਓਏ ਹੋਏ ਹੋਏ ਹੋਏ, ਤੇ ਉਹ ਬਾਬਾ ਮਰਿਆ ਵਾ 100 ਤੋਂ ਉੱਤੇ ਸੀਗਾ, 100 ਸਾਲ ਤੋਂ ਉੱਪਰ ਹੀ। ਹਾਂ, ਤੇ ਰੋਣ ਰੂਣ ਵਾਲਾ ਬੰਦਾ ਹੈ ਕੋਈ ਨੀ। ਹਾਂ, ਤੇ ਮੈਂ ਕਿਹਾ ਯਾਰ ਬਾਬਾ ਮਰਿਆ ਤੇ ਬੰਦਾ ਇੱਥੇ ਹੈ ਕੋਈ ਨੀ ਰੋਣ ਵਾਲਾ, ਤੇ ਮੈਂ ਕਿਹਾ ਯਾਰ ਮੁਜਾਹਦ ਦਾ ਫੁੱਫੜ ਬਹੁਤ ਸੋਹਣਾ ਰੋਂਦਾ ਆ, ਚਲੋ ਲਿਆਉਂਦੇ ਉਹਨੂੰ, ਤੇ ਇੱਥੇ ਚਲੋ ਵਾਹਵਾ ਪਤਾ ਲੱਗੇਗਾ ਕੋਈ ਰੋਣ ਡਿਆ। ਰਾਣਾ ਇਹ ਤੂੰ ਕਿਹੜੀ ਗੱਲ ਕਰਨ ਡਿਆ ਯਾਰ, ਕਿਹੜੀ ਮਤਲਬ, ਮੈਂ ਉੱਠ ਜਾ ਕੇ ਅਸੀਂ ਆਏ ਤੇਰੀ ਇੱਜ਼ਤ 'ਚ ਫਰਕ ਪਾਇਆ ਕਿਤੇ ਵੀ, ਤੂੰ ਮਿਲਿਆ ਸੀ ਤੈਨੂੰ ਰਾਣਾ ਸਾਹਿਬ ਵੱਡਾ ਭਰਾ ਸਮਝੀਦਾ ਯਾਰ ਤੈਨੂੰ। ਹਾਂ, ਤੇ ਮੈਂ ਯਾਰ ਤੂੰ ਮੇਰੇ ਫੁੱਫੜ ਨੂੰ ਲੋਕਾਂ ਦੀਆਂ ਫੌਤਗੀਆਂ ਤਰਵਾਏਗਾ ਯਾਰ। ਯਾਰ ਦੇਖੋ ਇਹਦੇ 'ਚ ਐਸੀ ਕਿਹੜੀ ਗੱਲ ਹੈ, ਗੱਲ ਹੀ ਕੋਈ ਨਹੀਂ ਅਜੇ ਯਾਰ। ਇਹ ਆ ਕਿ ਫੁੱਫੜਾ 20 ਕਿਲੋ ਵਾਲਾ ਥੈਲਾ ਆਟੇ ਦਾ, 5 ਕਿਲੋ ਚੀਨੀ, ਮਰੇ ਬੰਦੇ ਦੇ ਸੂਟ, ਉਹਦੇ ਬਾਬੇ ਦੇ ਕੱਛੇ, ਉਹ ਜਿਹੜੇ ਫੁੱਫੜ ਨੂੰ ਦੇਣੇ ਸਾਰੇ ਤੇਰੇ। ਉਹ ਬਾਬੇ ਨੂੰ ਕੀ ਸੀ, ਕਿਹੜੀ ਵਜ੍ਹਾ ਤੋਂ ਮਰਿਆ? ਖਾਰੇ ਸੀ, ਖੁਰਕ ਪਈ ਸੀ, ਤੇ ਫੁੱਫੜ ਨੂੰ ਉਹਦੇ ਕੱਛੇ ਵੀ ਦੇਣ ਡਿਆ, ਉਹਦੇ ਮਰੇ ਬੰਦੇ ਦੇ ਕੱਪੜੇ ਵੀ ਦੇਣ ਡਿਆ। ਹੈ ਫੁੱਫੜ ਅੱਗੇ ਇੰਜ ਰੋਂਦਾ ਸੀ, ਤੇ ਹੁਣ ਫੁੱਫੜ ਇੰਜ ਰੋਇਆ ਕਰੇਗਾ, ਇੰਜ ਰੋਇਆ ਕਰੇਗਾ ਫੁੱਫੜ, ਫੁੱਫੜ ਨੂੰ ਖਾਰਸ਼ ਪੈ ਜਾਵੇ, ਕਿਹੜੀ ਗੱਲ ਆ, ਦਵਾਈ ਲੈ ਲਵੇ ਬਾਅਦ ਚ ਫੁੱਫੜ, ਤੇ ਉਹਨੂੰ ਨਹੀਂ ਸੀ ਮਰਨ ਵਾਲੇ ਨੂੰ ਦਵਾਈ ਕੋਈ ਨਹੀਂ ਸੀ ਦਿੰਦਾ? ਨਹੀਂ, ਉਹ ਲੇਟ ਉਹਨੂੰ ਹਕੀਮ ਮਿਲਿਆ, ਤੇ ਬਸ ਉਹ ਇਹ ਆ ਕਿ ਅਸਲ 'ਚ ਉਹਨਾਂ ਨੇ ਰੱਖਿਆ ਸੀ ਖਾਰਸ਼ ਵਾਲਾ ਇੱਕ ਕੁੱਤਾ, ਬਾਬਾ ਨੂੰ ਨਹਾਉਂਦਾ ਸੀ, ਤੇ ਉੱਤੋਂ ਉਹਨੂੰ ਖੁਰਕ ਪੈ ਗਈ। ਉਹਨਾਂ ਨੇ ਕਿਹਾ ਜੀ ਜਿਸ ਬੰਦੇ ਨੂੰ ਇਹ ਖੁਰਕ ਪੈ ਜਾਂਦੀ ਨਾ ਫੌਤ ਹੋ ਜਾਂਦਾ, ਤੇ ਹੁਣ ਤੂੰ ਚਾਹੁੰਦਾ ਫੁੱਫੜ ਨੂੰ ਵੀ ਉਹੀ ਖੁਰਕ ਪਵੇ? ਨਹੀਂ ਨਹੀਂ, ਉਹ ਕੱਪੜੇ ਧੋ ਕੇ ਪਾ ਲਈਓ ਤੁਸੀਂ, ਇਹਨੂੰ ਇੱਥੋਂ ਲੈ ਜਾ, ਲੈ ਜਾ ਇਹਨੂੰ ਇੱਥੋਂ। ਉਹ ਦੋਸਤ ਵਾ ਮੇਰਾ, ਮੈਂ ਕਹਿੰਦਾ ਲੈ ਜਾ ਇਹਨੂੰ ਇੱਥੋਂ, ਦੋਸਤ ਵਾ ਮੈਂ ਤੈਨੂੰ ਜਦੋਂ ਮੈਂ ਕਹਿ ਦਵਾਂ ਨਾ, ਲੈ ਜਾ ਇਹਨੂੰ। ਫੁੱਫੜਾ ਵੈਸੇ ਹੈ ਨੇਕੀ ਆ, ਲੈ ਜਾ ਰੋਣ ਵਾਲਾ ਕੋਈ ਨਹੀਂ ਨਾ, 20 ਕਿਲੋ ਵਾਲਾ ਥੈਲਾ ਆਟੇ ਦਾ, 20 ਕਿਲੋ ਵਾਲਾ ਥੈਲਾ, ਉਹ ਆਪਣਾ ਰਮਜ਼ਾਨ ਦੇ ਕਰਿਆਲੇ ਵਾਲਾ, ਆ ਜਿਹੜਾ ਤੁਹਾਡੀ ਗਲੀ
मेरा तो नहीं वाकफ और तुहाडा ही आ। लै मैं 2 मिनट रोलदा जे दो थैले ना दे मैनू नहीं बैठा बिठा दे। दो हो गए फुफड़ा तेरे, दो थैले हो गए फुफड़ा है, दो हो गए थैले। पहले रोड़ा इदा नहीं आउंदा, इदा रोड़ा नहीं आउंदा। किदा आउणा तैनू रोना फुफड़ा? फुफड़ा तीन थैले हो गए, तीन मरण वाले नाल मरण वाले दे नाल फुफड़ा तेरे तीन हो गए थैले, तीन ए तीन। मैनू गल कर लै दे, ये वधी जाले थैले चुपका। ਜਦੋਂ ਮਰਨ ਵਾਲੇ ਦੇ ਲਾਲ ਤੁਹਾਡੀ ਕੋਈ ਗੱਲ ਕੋਈ ਪਿਆਰ ਹੋਏਗਾ ਨਾ। ਚੀਨੀ 8 ਕਿਲੋ ਹੋ ਗਈ ਫੁੱਫੜਾ ਤੇਰੀ, ਠੀਕ ਹੈ। ਇੱਦਾਂ ਹੁੰਦਾ, ਇੱਦਾਂ ਹੀ ਮੈਂ ਟਰੱਕ ਭਰਾਏ ਆ। ਗੱਲ ਪਤਾ ਕੀ ਹੈ, ਜਿਹੜਾ ਮਰਨ ਵਾਲੇ ਦੇ ਲਾਲ ਤਲਕ ਆ ਨਾ, 40-35 ਕਿਲੋ ਹੋ ਗਈ, 1/2 ਕਿਲੋ ਤੋਂ। ਠੀਕ, ਤੂੰ ਮੇਰੀ ਗੌਰ ਨਾਲ ਗੱਲ ਸੁਣ ਲਈ ਤੇ ਮੈਂ ਇੱਧਰ ਕਰਿਆਲੇ ਦੀ ਦੁਕਾਨ ਖੋਲ ਲਿਆ, ਪਹਿਲਾਂ ਮਾਲ ਮੇਰਾ ਜਮ੍ਹਾਂ ਹੋਇਆ। ਮਰਨ ਵਾਲੇ ਦੇ ਲਾਲ ਤੁਹਾਡਾ ਜਦੋਂ ਤੱਕ ਤਲਕ ਆ ਨਾ, ਪਿਆਰ ਮੁਹੱਬਤ ਆ। 5 ਕਿਲੋ ਗੁੜ ਹੋ ਗਿਆ ਫੁੱਫੜਾ ਤੇਰਾ, ਉਹ ਤਦ ਰੋੜਾ ਆਉਂਦਾ, ਉਦਾਂ ਨਹੀਂ ਆਉਂਦਾ। ਤੇ ਫੁੱਫੜਾ ਇਹ ਦੇਖ ਲਾ, ਹੁਣ ਸਮਾਨ ਇੱਥੇ ਬੰਦ ਕਰਤਾ ਜੀ ਮੈਂ, ਤੈਨੂੰ ਲੈ ਕੇ ਜਾਣਾ ਮੁਜਾਹਦ ਨੇ ਸਾਈਕਲ ਤੇ। ਗਲੀ ਦੀ ਨੁੱਕਰ ਤੋਂ ਤੂੰ ਕੂਕਾ ਮਾਰਨੀ ਸ਼ੁਰੂ ਕਰ ਦੇਣੀ। ਕੂਕਾ ਕਿਉਂ ਮਾਰਨੀ ਹੈ, ਕੀ ਗੱਲ ਹੈ? ਮੇਰੇ ਸਿਗਨ ਲਾਉਣਾ ਕਿਸੇ ਨੇ ਹੈ? ਮੇਰੇ ਉੱਤੋਂ ਮੇਰੇ ਪੈਰ ਦੇ ਉੱਤੋਂ ਕਿਸੇ ਟਾਇਰ ਚੜਾਉਣਾ ਆ ਵੀ ਮੈਂ ਚੀਕਾ ਮਾਰਾ? ਮੈਂ ਕਿਉਂ ਮਾਰਾ? ਮਰਨ ਵਾਲੇ ਦਾ ਭਰਿਆ ਪਤਾ, 5 ਥੈਲੇ ਜਿਹੜਾ ਜਿਹੜਾ ਦਾ ਭਰਿਆ, 5 ਥੈਲੇ 5 ਕਿਲੋ ਗੁੜ, 5 ਕਿਲੋ ਗੁੜ, ਹਾਂ 1/2 ਕਿਲੋ ਤੋਂ ਕਿਲੋ ਪੱਤੀ ਕੀਤੀ ਹੈ ਮੈਂ। ਕਿਲੋ ਪੱਤੀ? ਕਿਲੋ ਪੱਤੀ ਦਾ ਕਿਲੇ ਕਿਤੇ ਕਿਤੇ ਸਾਲ ਲੱਗ ਜਾਂਦਾ। 1.5 ਕਿਲੋ ਹੋ ਗਈ ਫੁੱਫੜਾ, ਫੁੱਫੜਾ 1.5 ਕਿਲੋ ਹੋ ਗਈ, ਕਿਤੇ ਸਾਲ ਲੱਗਦਾ ਫੁੱਫੜਾ। 1.5 ਕਿਲੋ ਹੋ ਗਈ ਪੱਤੀ ਤੇਰੀ, ਜਾਂਦਾ ਹੀ ਮੁਜਾਹਦ ਇੱਟ ਤੂੰ ਲੱਭਣੀ ਇੱਕ ਸੋਹਣੀ ਜੀ। ਫੁੱਫੜਾ ਜਾਂਦਾ ਹੀ ਬੂਹੇ ਅੱਗੇ ਖਲੋ ਕੇ ਸਭ ਤੋਂ ਪਹਿਲੇ ਪਾਉਣੀਆਂ ਦਾ ਇੱਟ ਆਪਣੇ ਸਿਰ ਚ। ਉਹ ਯਾਰ ਫੁੱਫੜ ਦਾ ਸਿਰ ਆ ਕਿ ਮਰਤਬਾਨ ਆ, ਇੱਟਾਂ ਹੀ ਪਾਈ ਜਾਣ ਡੇ ਆ। ਕਾਕਾ ਮੇਰੇ ਲੱਗ ਜਿਹੜਾ ਦਰਦ ਬਲਜਾ ਡਾਇਆ, ਉੱਥੇ ਆਓ ਮੰਜੇ ਤੇ ਆ ਜਾ, ਆ ਜਾ ਬੁੱਢਾ। ਕੋਠੀਓ ਲਾਉਣ ਵਾਲੇ ਇੱਥੇ ਘਰ ਦੇ ਸੁਣਦੇ ਹੋਣਗੇ ਕਿ ਪਤਾ ਨਹੀਂ, ਉਹ ਫਾਟੇ ਦੇ ਤੋੜੇ ਲੈ ਕੇ ਰੋਂਦਾ ਦੁਨੀਆ ਤੇ। ਛੇਤੀ ਪਹੁੰਚਣਾ ਆਪਾਂ। ਉਹ ਯਾਰ ਛੇਤੀ ਪਹੁੰਚਣਾ ਕੀ ਗੱਲ ਆ, ਆ ਜਾਓ ਰਾਣਾ ਸਾਹਿਬ, ਆ ਜਾਓ ਫੁੱਫੜ ਜੀ, ਆ ਜਾਓ ਆ ਜਾਓ ਆ ਜਾਓ ਫੁੱਫੜ ਜੀ, ਆ ਜਾਓ ਆ ਜਾਓ ਆ ਜਾਓ। ਬੱਲੇ 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 ਜਿਹੜੀ ਖੱਪ ਪਾਉਣੀ ਹੈ ਬਸ ਗੱਲ ਹੋ ਗਈ ਹੈ। ਜਾਲ ਆਪਣੇ ਬੈਠੋ, ਆਪਣੇ ਘਰਾਲੂ ਜਾਲ ਜਿੱਥੋਂ ਆਏ। ਫੁੱਫੜ ਜੀ ਹੁਣ ਆਪਾਂ ਬਹੁਤੀ ਦੇਰ ਇੱਥੇ ਬਹਿਣਾ ਨੀ ਕਿਉਂਕਿ ਟਾਈਮ ਘੱਟ ਆ, ਤੇ ਚੱਲੀਏ ਆਪਾਂ। ਕਿੱਥੇ ਚੱਲੀਏ? ਉਹਨਾਂ ਦੇ ਘਰ। ਵੈਲੀ ਜਾਣਾ? ਇਹ ਆ ਕਿ ਨਾ ਬੁੱਢੀ ਦੇਖਣੀ ਆ ਨਾ ਬੰਦਾ ਦੇਖਣਾ। ਨਹੀਂ ਵੈਲੀ ਜਾਣਾ, ਇਹ ਆ ਕਿ ਬੁੱਢੀ ਵੀ ਸਾਹਮਣੇ ਆਈ ਤੇ ਉਹਦੇ ਗਲ ਲੱਗ ਕੇ ਉੱਚੀ ਉੱਚੀ ਰੋਣਾ ਸ਼ੁਰੂ। ਫੁੱਫੜ ਨੂੰ ਛਿੱਤਰ ਕਿਤੋਂ? ਉਹ ਯਾਰ ਉੱਥੇ ਕਿਸੇ ਦੀ ਜਨਾਨੀ ਹੋਵੇ, ਫੁੱਫੜ ਉਹਨੂੰ ਜੱਫੀ ਪਾ ਲਵੇ, ਜੁੱਤੀਆਂ ਖਾਣ ਵਾਲਾ ਕੰਮ ਹੋ ਗਿਆ ਨਾ, ਇਸ ਉਮਰੇ ਜੁੱਤੀਆਂ ਖਾਂਦਾ ਫੁੱਫੜ ਚੰਗਾ ਲੱਗੇਗਾ? ਉਹਨਾਂ ਨੇ ਨੀ ਪੌਲ ਜਿਹੜੀ ਆ ਜੱਫੀ ਆ, ਉਹਨਾਂ ਨੇ ਨੀ ਪੌਲ। ਕਿਉਂ? ਉਹਨਾਂ ਦੇ ਹੋ ਸਕਦਾ ਉਹਨਾਂ ਦੇ ਰਿਵਾਜ਼ ਹੀ ਨਾ ਹੋਵੇ। ਕਾਹਦਾ? ਆ ਜੱਫੀਆਂ ਜੁੱਫੀਆਂ ਪਾਉਣ। ਨਹੀਂ ਨਹੀਂ ਤੁਸੀਂ ਧੱਕੇ ਨਾ ਪਾ ਲੈਣੀਆਂ, ਤੁਹਾਨੂੰ ਅਫਸੋਸ ਹੀ ਬਹੁਤ ਆ। ਧੱਕੇ ਲਾਵਾ ਕਿੱਦਾਂ ਪਾਲਵਾ? ਮੈਂ ਧੱਕੇ ਲਾ ਕਿਸੇ ਨੂੰ ਜੱਫੀ ਪਾਵਾ? ਬੀਬੀ ਭੈਣ ਬੱਚੀ ਨੂੰ ਅਗਲੇ ਮੇਰੇ ਆ ਕੇ ਮੇਰਾ ਮੇਰੇ ਇੱਟ 'ਚ ਸਿਰ ਮਾਰ ਦੇ, ਸਿਰ 'ਚ ਇੱਟ ਮਾਰ ਦੇ, ਦੇ ਮੈਨੂੰ ਫਸਾਉਣ ਡਿਆ ਉੱਥੇ। ਨਹੀਂ ਫਸਾਉਣ ਕਾਹਦਾ ਡਿਆ? ਨਹੀਂ ਮੈਨੂੰ ਫਸਾਉਣ ਡਿਆ ਨਾ ਰਾਣਾ ਸਾਹਿਬ, ਕੰਮ ਹੀ ਮੈਨੂੰ ਫਸਾਉਣ ਹੀ ਲਿਆ ਯਾਰ ਕਿਸੇ ਦੀ ਜਦੋਂ ਮੈਨੂੰ ਫਸਾਉਣ ਹੀ ਲਿਆ ਵੀ ਮੈਂ ਜਾਵਾਂ ਤੇ ਗੱਲ ਲੱਗੇ, ਅਗਲੇ ਦਾ ਬਲਦਾ ਉੱਥੇ ਹੋਵੇ, ਉਹ ਰਾਬਾ ਹੋਵੇ ਤੇ ਮੈਂ ਤਾਂ ਵਰ ਗਿਆ। ਫੁੱਫੜਾ ਇੰਜ ਦਾ ਰੋਣਾ ਨਹੀਂ ਕਿਸੇ ਨੇ ਰੋਇਆ ਜਿੰਜ ਦਾ ਤੂੰ ਰੋਣਾ। ਨਹੀਂ ਉਹ ਤੇਰੀ ਗੱਲ, ਫੁੱਫੜਾ ਜਿੱਲੇ ਤੂੰ ਨੱਕ ਪੂੰਝਦਾ ਤੇ ਇਸ ਕਿਸਮ ਦਾ ਨੱਕ। ਫੁੱਫੜਾ ਤੂੰ ਵੀ ਦੋ ਦੋ ਸਾਫੇ ਰੱਖੇ, ਉਹਨਾਂ ਨਾਲ ਕਰ ਲਾ ਤੂੰ, ਕਫ ਦੀ ਇਹੀ ਤੇਈ ਫੇਰੀ ਆ। ਨਹੀਂ ਉਹ ਪਤਾ ਕੀ ਫਿਰ ਐਲਾ ਧਵਾ ਲਈਦਾ, ਧਵਾ ਲਈਦਾ ਜਦੋਂ ਬੱਚਿਆਂ ਨੂੰ ਧੋਣ ਨੂੰ ਦਿੰਦਾ ਇੰਜ ਲੱਗਦਾ ਜਿਵੇਂ ਲਹਿਦਾ ਹੀ ਲੱਛੇ ਬਣਾਉਂਦਾ ਤੂੰ, ਆਕੜੀ ਹੁੰਦੀ ਯਾਰ ਸ਼ਾਇਦ। ਇੰਨਾ ਕੁ ਹੁੰਦਾ? ਇੰਨਾ ਕੁ ਇੰਨਾ ਕੁ ਹੁੰਦਾ? ਆ ਸਾਫੇ ਕੱਲ੍ਹ ਹੀ ਰੱਖੇ ਆ ਦੋ ਸਾਫੇ ਸਾਰੇ, ਇਹਨਾਂ ਪੁੱਤ ਖਰਾਬ ਹੋ ਜਾਂਦੇ ਜਦੋਂ ਐਂ ਕਰਨਾ ਨਿਸ਼ਾਨ ਇੱਥੇ ਏਦਾਂ, ਇਹਦਾ ਇਹ ਹੈਗਾ ਐਂ ਕਰ ਲਈਦਾ ਸਕੂਲ ਦਾ। ਚਲੀਏ ਮੁਜਾਹਦ ਸਾਹਿਬ ਹੁਣ। ਉਹ ਯਾਰ ਕਿੱਥੇ ਲੈ ਜਾਣਾ ਫੁੱਫੜ ਨੂੰ, ਤੂੰ ਲਿੱਤਰ ਪਵਾਉਣੇ ਕਿਤੋਂ ਯਾਰ? ਉੱਥੇ ਰੋਣ ਵਾਲਾ ਕੋਈ ਨਹੀਂ ਹੈਗਾ। ਰੋਣ ਵਾਲਾ ਕਿਉਂ ਲਈ? ਉਹ ਹਾਂਜੀ ਨਹੀਂ ਉਹਨਾਂ ਦੇ ਰਿਸ਼ਤੇਦਾਰ ਨਹੀਂ। ਰੋਣ ਵਾਲਾ ਕਿਉਂ ਲਈ? ਕਿਸੇ ਨੇ ਬੁਰਦੇ ਨੇ ਚੰਗੀ ਨਹੀਂ ਕੀਤੀ, ਚੰਗੀ ਨਹੀਂ ਕੀਤੀ ਕਿਸੇ ਦਾ, ਕਿਸੇ ਦਾ ਉਹਦਾ ਕੋਈ ਰਿਸ਼ਤੇਦਾਰ? ਜਾਂਦਾ ਹੀ ਬਾਬੇ ਦੇ ਉੱਤੇ ਡਿੱਗ ਪੈਣਾ। ਲਓ ਬਾਬਾ ਫੇਰ ਮਰ ਜੇ, ਉਹ ਮਰਿਆ ਫੇਰ ਮਰ ਜਾਵੇ, ਫੁੱਫੜ ਦੀ ਲਾਸ਼ ਵੇਖ ਹੈਂ, ਉਹ ਜਿਹੜੀਆਂ ਸਜ਼ਾਵਾਂ ਅੱਗੇ ਮਿਲਣੀਆਂ ਦੁਨੀਆ ਤੇ ਦੇਣ ਦੇ ਆ। ਹਾਂ ਮੈਂ ਉੱਤੇ ਡਿੱਗ ਪਵਾਂ
अगले गाले इले ही मारे बल्ले बल्ले जेल भी कम करता फुफड़ा बल्ले बल्ले काका जेला ने जमया ना हाँ जी जिला का रिश्तेदार किन्ने साल उम्र किले साल आले का कुछ नहीं आ मेरा मामा जेड़ा मामा मेरा मामा फजा बरकत अच्छा बरकत छोटा उदा प्यो मेरे मामे का प्यो हाँ जी 121 साल उम्र हाँ जी उत्थे भी तुसी रोए सी हाँ उत्थे नहीं उदो तो मैं निका जिहा सी काका रोड़ा मैं एडा नहीं मेरा हैगा भी मैं रोई जाना ये तो दिल की उलदी है ਕਿਸੇ ਦੇ ਨਾਲ ਦਿਲ ਲੱਗਾ ਹੋਵੇ ਨਾ ਫਿਰ ਯਾ ਤੇ ਖਾਰਸ਼ ਵਾਲਾ ਬਾਬਾ ਜਦੋਂ ਮਰਨ ਵਾਲਾ ਸੀ ਤੂੰ ਚਾਰ ਕੁ ਦਿਨ ਫੁੱਫੜ ਨਾ ਭਾਉਂਦਾ ਉਹਦੀ ਦਿਲ ਲੱਗੀ ਹੁੰਦੀ ਫੁੱਫੜ ਦੀਆਂ ਫਿਰ ਉੱਥੇ ਰੋਣੀਆਂ ਵੇਖਣੀਆਂ ਹੈ ਫਿਰ ਹੁਣ ਮੈਂ ਰੋਵਾ ਚੈਨ ਕਰਵਾ ਮੈਂ ਰੋਵਾ ਹਰ ਗੁਰ ਮੈਂ ਜਾ ਕੇ ਰੋਵਾ ਮੈਂ ਕਿਹਾ ਮੈਂ ਰੋ ਲੈਂਦਾ ਚੱਲ ਮੈਂ ਰੋ ਲੈਂਦਾ ਇਹਦੇ ਕਹਿਲ ਤੇ ਮੈਂ ਰੋ ਲੈਂਦਾ ਅਸੀਂ ਕਿਸੇ ਨੂੰ ਰੋਵਾਂਗੇ ਤੇ ਕੁਝ ਸਾਨੂੰ ਰੋਏ ਮੈਂ ਰੋਵਾਂਗਾ ਅਗਲੇ ਪੁੱਛਣ ਇਹ ਕੀ ਲੱਗਦਾ ਤੂੰ ਕਹਿ ਮੇਰਾ ਯਾਰ ਸੀਗਾ ਪੁਰਾਣਾ अपने कोई बुजुर्ग देख जरा कोई डेट लागे शागे अच्छा मतलब के मतलब आटा ला लेना रोना नहीं जी आटा दे दे पुत हाँ। सारा सवाल दे दे हाँ। तो कोई बुजुर्ग हो गए ना जी डेट कोई लागे शागे जाड़ वाली है उदो फिर दो घंटे बाद रो लागा ਇਹਦਾ ਮਤਲਬ ਆ ਤੂੰ ਫੁੱਫਾ ਰੋਣਾ ਵਾ ਉਹ ਸਾਨੂੰ ਤੂੰ ਬਰਾਦਰੀ ਤੇ ਦੁਨੀਆਦਾਰੀ ਤੇ ਜਲੀਲ ਕਰਾਉਣਾ ਜਿਹੜਾ ਤੂੰ ਕਹਿਣਾ ਪਿਆ ਕਿ ਆਟੇ ਦੇ ਤੋੜੇ ਦੇ ਦੇ ਜਿਹਦੀ ਡੇਟ ਲੱਗ ਗਿਆ ਮੈਂ ਰਹੂੰਗਾ 2 ਘੰਟੇ ਬਾਅਦ ਰਹੂੰਗਾ ਇਹ ਦਰਦ ਹੁੰਦਾ ਹਾਂ ਇਹ ਦਰਦ ਹੁੰਦਾ ਅੱਜ ਰੋਵੋਗੇ ਕੱਲ ਨੂੰ ਰੋਣ ਵਾਲਾ ਹੋਏਗਾ ਇਹ ਦਰਦ ਹੁੰਦਾ ਜਾਂ ਫਿਰ ਉਹ ਖਾਰਸ਼ਪੁਰੇ ਦੇ ਵੀ ਰੋਇਆ ਜਾ ਕੇ ਬਕਵਾਸ ਲੱਗ ਰਿਹਾ ਤੇ ਸਾਨੂੰ ਬਕਵਾਸ ਲੱਗ ਰਿਹਾ ਬਰਾਦਰੀ ਚ ਵੀ ਜਲੀਲ ਕਰਾਇਆ ਬਕਵਾਸ ਲੱਗ ਰਿਹਾ ਆਟੇ ਲੈਣ ਦੀ ਖਾਤਰ ਤੂੰ ਰੋਈ ਜਾਂਦਾ ਬਕਵਾਸ ਕਰਦਾ ਬਕਵਾਸ ਕਰਦਾ ਕੁੱਤੇ ਆ ਹਾਏ 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 ਵਾਹ ਐਦਾਂ ਐਦਾਂ ਹੀ ਚੀਕਾਂ ਮਾਰ ਮਾਰ ਕੇ ਉੱਥੇ ਰੋਣਾ ਫੁੱਪੜਾ ਤੋਂ ਬਕਵਾਸ ਕਰਦਾ ਹਾਂ ਅੱਜ ਕਿਸੇ ਨੂੰ ਰੋਵੋ ਕੱਲ ਤੁਹਾਡੇ ਨਾਲ ਵੀ ਰੋਣ ਵਾਲਾ ਹੋਏਗਾ ਇਹ ਤਾਂ ਕੱਲਾ ਪਿਆ ਰਵੀ ਕਿਸੇ ਨੇ ਆਂਸੂ ਵੀ ਨਹੀਂ ਸਿੱਟਣਾ ਕਿਸੇ ਨੇ ਆਂਸੂ ਵੀ ਨਹੀਂ ਸਿੱਟਣਾ ਤੂੰ ਰੋ ਮਰ ਮੈਂ ਵੇਖ ਕਿੱਦਾਂ ਰੋਣਾ ਮੈਂ ਵੇਖ ਕਿੱਦਾਂ ਰੋਣਾ ਮੇਰਾ ਫੁੱਫੜ ਦੁਨੀਆ ਤੋਂ ਜਾ ਤੂੰ ਨਹੀਂ ਰੋਣਾ ਰੋ ਮਰ ਤੂੰ ਨਹੀਂ ਰੋਣਾ ਉਹ ਖਾਰਸ਼ ਵਾਲੇ ਦੇ ਨਾਲ ਹੀ ਮਰ ਜਾ ਉਹਦੀ ਮੰਜੀ ਡਬਲ ਕਰਾ ਦਿੰਦਾ ਕਿਉਂ ਕਿਉਂ ਬਹੁਤ ਕੀ ਰੋਣਾ ਆਟਾ ਲੈ ਲੈ ਯਾਰ ਉਹ ਰਾਹ ਨਹੀਂ ਆਉਂਦਾ ਕੱਲੇ ਆਟੇ ਲੈ ਲੈ ਰੋਣਾ ਤੂੰ ਆਟੇ ਲੈ ਕੇ ਆ ਤੇ ਰਾਣਾ ਸਾਹਿਬ ਦਾ ਲੱਭ ਲੈ ਕੇ ਆਟਾ ਹੀ ਦਿੰਦਾ ਦੱਸ ਦਿੱਤਾ ਆਟਾ ਹੀ ਦਿੰਦੇ ਹੋਰ ਕੋ ਫਰਿੱਜਾਂ ਦਿੰਦੇ ਉਧਰ ਲੈ ਜਾ ਮੈਨੂੰ ਫਿਰ ਉਧਰ ਲੈ ਜਾ ਮੈਨੂੰ ਫਿਰ ਤੂੰ ਤੇ ਸਾਡੀ ਨਕਾਤੀ ਕਰਾਈ ਪਈ ਹੈ ਦੁਨੀਆ ਤੇ ਅੱਗੇ ਬੜੇ ਤੇਰੇ ਸਾਰੇ ਤੈਨੂੰ ਸਲਾਮੀਆਂ ਦੇਣ ਆਉਂਦੇ ਆ ਮੈਂ ਕਹਿੰਦਾ ਪਿਆ ਹੀ ਪਤਾ ਨਹੀਂ ਲੋਕੀ ਝੂਠ ਬੋਲਦੇ ਆ ਉਹ ਜਾ ਕੈਸਾ ਦਰਬਾਰੀ ਜਾਂ ਮੂੰਹ ਲੈ ਕੇ ਦਰਬਾਰੀ ਜੀ ਸਲਾਮ ਕਰਨਾ ਤੁਸੀਂ ਸਲਾਮ ਕਰਨਾ ਹੈ ਯਾਰ ਤੁਸੀਂ ਆਪਣਾ ਹੀ ਕੰਜਰਖਾਨਾ ਸ਼ੁਰੂ ਕਰ ਲਿਆ ਮੈਂ ਕਿਸੇ ਹੋਰ ਕੰਮ ਆਇਆ ਯਾਰ ਮਜ਼ਾਕ ਰਾਣਾ ਸਾਹਿਬ ਤੁਸੀਂ ਤੇ ਆਣ ਕੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਕਿਸੇ ਦੀ ਹਮਦਰਦੀ ਇਸ ਕੰਜਰ ਜਿਹੇ ਬੰਦੇ ਨੂੰ ਤੋਰੋ ਮੇਰੇ ਨਾਲ ਕਿਹੜਾ ਕਲਜਰ ਕਿਹੜਾ ਸਾਨੂੰ ਜਲੀਲ ਕਰ ਕਲਜਰ ਕਿਹੜਾ ਕਿਹੜੀ ਗੱਲ ਕੀਤੀ ਆ ਕਿਹੜੀ ਗੱਲ ਕਹਿਣ ਡਿਆ ਜੀ ਤੁਹਾਨੂੰ ਰੋਪੈ ਇਸ ਗੱਲ ਤੇ ਵੀ ਆਟੇ ਦਾ ਤੋੜਾ ਵਧਾ ਦੂਗਾ ਰੋਲਾ ਮੈਂ ਤੇਰੇ ਮੂੰਹ ਵਾਲ ਵੇਖਦਾ ਤੇਰੇ ਮੂੰਹ ਵਾਲ ਵੇਖਦਾ ਮੈਂ ਨਿੱਜ ਨੂੰ ਮੈਂ ਤੈਨੂੰ ਰਾਤ ਨੂੰ ਇੱਥੇ ਆਪਣੇ ਘਰ ਲੈ ਮੈਨੂੰ ਰੱਖ ਮੈਂ ਨਹੀਂ ਰਹਿੰਦਾ ਤੇਰੇ ਘਰ ਮੈਂ ਨਹੀਂ ਰਹਿੰਦਾ ਮੈਨੂੰ ਬੜੇ ਘਰ ਰੱਖਣ ਵਾਲੇ ਬੜੇ ਰੱਖਣ ਵਾਲੇ ਜਦੋਂ ਤੂੰ ਹਰ ਜਗ੍ਹਾ ਤੇ ਰੋਣ ਮਿਟ ਜਾਉਣਾ ਵਾ ਜਿਹਨਾਂ ਤੇ ਮੈਂ ਰੋਇਆ ਹੈ ਜਿਹਨਾਂ ਤੇ ਮੈਂ ਰੋਇਆ ਮੈਨੂੰ ਉਹ ਹੀ ਨਹੀਂ ਸੀ ਆਉਣ ਦਿੰਦੇ ਕਹਿੰਦੇ ਸੀ ਰਹਿ ਆ ਹੁਣ ਇਹਦਾ ਮਾਮਾ ਸੌਰਾ ਆ ਕਹਿੰਦਾ ਜੋ ਕੁਦ ਹਸਪਤਾਲ ਦਾਖਲ ਸੀ ਕੀ ਖਾਦਾ ਇਹਨੇ ਸਵੇਰੇ ਨਾਸ਼ਤਾ ਹੀ ਤੁਹਾਡੇ ਘਰੋਂ ਸਵਾਹ ਖਾਦੀ ਆ ਸਵਾਹ ਕਿੰਨੇ ਪਰੌਂਠੇ ਖਾ ਗਿਆ ਅੱਧਾ ਕਿਲੋ ਉਹ ਜਿਹੜਾ ਕੀ ਆ ਅਖੇ ਜੀ ਤੇਰੇ ਫੁੱਫੜ ਦਾ ਹਰ ਘਰ ਚ ਪਿਆਲਾ ਪਿਆ ਉਹ ਤੂੰ ਫੁੱਫੜ ਆ ਕੇ ਕੁੱਤਾ ਵਾ ਹਰ ਘਰ ਚ ਤੇਰਾ ਪਿਆਲਾ ਪਿਆ ਓਏ ਆਪਣੀ ਜ਼ੁਬਾਨ ਤੇ ਗੱਲ ਕੰਟਰੋਲ ਕਰ ਲੈ ਕੁੱਤੇ ਆ ਓਏ ਕੁੱਤੇ ਆ ਜਲਾਣਾ ਸਾਹਿਬ ਕਿਆ ਦਿੱਤੀ ਆ ਓਏ ਗੱਲ ਸੁਣ ਪਿਆਲੀ ਚ ਜਾ ਮੈਂ ਆਪਣੇ ਪਿਓ ਦਾ ਨਹੀਂ ਤੇਰੇ ਘਰ ਵੜ ਜਾ ਜਿਹੜੇ ਫੁੱਫੜ ਤੇਰਾ ਮੈਂ ਦੇਖਿਆ ਸੀ ਨਾ ਪਹਿਲੀ ਵਾਰੀ ਮੈਨੂੰ ਉਦੋਂ ਹੀ ਲੱਗ ਗਿਆ ਸੀ ਕਿ ਉਹ ਖੱਚ ਆ ਲਾਂਤੀ ਕੌਣ ਖੱਚ ਆ ਕੌਣ ਖੱਚ ਖਾਨਦਾਨੀ ਆ ਖਾਨਦਾਨੀ ਆ ਅੱਜ ਵੀ ਚੱਲਦਾ ਜਾ ਕੇ ਮੇਰਾ ਨਾਲ ਹੈ ਨਾਨਕਿਆਂ ਨੇ ਵੀ ਤੁਹਾਨੂੰ ਵੰਡ ਦਿੱਤਾ
गर्मी आ गई है, सूट सर्दिया दे होए, मैं रोना कटाया, तेरे प्यो ने मेरी भैन दिती है निकली जाना जी देती गल लानत पाओ राणा साहब लानत जिडा वड्डा तुहाडा हत्थ पूरे खानदान ते पाओ मेनू कढ के लो जी मैं अपने भरा दी अज तक गल नहीं मुड़ी मेरा भरा बने दोस्त आ अगर तुसी बुरा ना मनाओ ते पा देना जी पा दे हां जिड्डा मुंह है तेरी लानत पूरी होनी इन्हें पैसे दा करा देने काका महंगाई वेख ला किन्नी हां 8 दिन पहला हो गए ते जेड़ी लानत सी लाख दी सी आ हुन महंगाई हुन 1.5 लाख दी हो गई पा ला तू चल लाख दी तू पा दे पा ला तू पा ला 1.5 दी हो जानी है तू पा ला सानू जलील करा मारया रिश्तेदारी जलील करा रिया पूरे नहर के बड़े को दम कराउंदियां औरतां हैं अगे बड़े दम कराउंदियां देखो दम कराउंदियां उधर राणा साहब देखिया तुसी हां जी जिथे तुसी रोंदिया वेखिया इस लैश नु लिटंडिया सी क्या लिटंडिया सी सिर्फ रोटी बहुती खानी सी अच्छा बेड़े गरक करते उन्होंने तो रात नु एक जी और लगा जान लगा मैनू उन्होंने 9 रोटियां दित्तियां अच्छा ते एडा सारा बाल उन्होंने सालन दा देता अच्छा अपनी जबान ते कंट्रोल कर तेन मैं दस दवा तू किसे होर तेरे घर कफ लवा के तेन सूट दे चलो निकलो इथो बकवास साबरी कवाल बन के फिरी जान डेआ।